ਇਹ ਸੰਦੇਸ਼ ਪਰਮੇਸ਼ੁਰ ਦੇ ਬੰਦੇ ਭਾਈ ਡਾਲਟਨ ਬਰੂਸ ਦੇ ਵੱਲੋਂ 29 ਅਪ੍ਰੈਲ 2020 ਦੇ ਵਿੱਚ ਬੈਤਲ ਦਾ ਹਾਊਸ ਆਫ ਗੋਡ ਟ੍ਰਿਨਿਡਾਡ ਦੇ ਵਿੱਚ ਪ੍ਰਚਾਰ ਕੀਤਾ ਗਿਆ। ਇਸ ਦਾ ਟਾਈਟਲ ਹੈ ਪਰਮੇਸ਼ੁਰ ਦੇ ਬੱਚਿਓ, ਕੀ ਅਸੀਂ ਪਰਮੇਸ਼ੁਰ ਦੀ ਬਵਾ ਅਤੇ ਨਿਆਵਾਂ ਦੇ ਵਿਰੁੱਧ ਸੁਰੱਖਿਅਤ ਹਾਂ? ਕੀ ਇਹ ਸੱਚ ਹੈ ਕਿ ਹਰ ਚਰਚ, ਹਰ ਦੇਸ਼ ਤੋਂ, ਦੁਨੀਆ ਭਰ ਤੋਂ ਪਰਮੇਸ਼ੁਰ ਦੇ ਬੱਚੇ ਜੋ ਕਿ ਇਸ ਤਬਾਹੀ ਦਾ ਸਾਹਮਣਾ ਕਰ ਰਹੇ ਹਨ, ਜਿਸ ਨੂੰ ਅਸੀਂ ਬਵਾ ਆਖਦੇ ਹਾਂ, ਜਿਵੇਂ ਪਰਮੇਸ਼ੁਰ ਨੇ ਪੁਰਾਣੇ ਨੇਮ ਦੇ ਸਮੇਂ ਵਿੱਚ ਕਿਹਾ ਹੈ, ਉਹ ਜੋ ਵੀ ਇਹਨੂੰ ਕਹਿਣਾ ਚਾਹੁੰਦੇ ਹਨ ਉਹ ਆਖ ਸਕਦੇ ਹਨ, ਇਹ ਠੀਕ ਹੈ। ਪਰ ਇਸ ਕਿਸਮ ਦੇ ਸਮੇਂ ਅਤੇ ਸੰਸਾਰ ਦੀ ਹਾਲਤ ਅਤੇ ਲੋਕਾਂ ਦੀ ਹਾਲਤ ਜੋ ਕਿ ਸਹੀ ਜੀਵਨ ਨਹੀਂ ਜੀ ਰਹੇ, ਪਰਮੇਸ਼ੁਰ ਦੇ ਵਚਨ ਦੀ ਪਾਲਣਾ ਨਹੀਂ ਕਰ ਰਹੇ ਹਨ, ਇੱਥੋਂ ਤੱਕ ਕਿ 10 ਹੁਕਮਾਂ ਦੀ ਵੀ ਪਾਲਣਾ ਨਹੀਂ ਕਰ ਰਹੇ, ਅਤੇ ਆਪਣੇ ਆਪ ਨੂੰ ਉਹ ਵਿਸ਼ਵਾਸੀ ਪਰਮੇਸ਼ੁਰ ਦੇ ਬੱਚੇ ਅਤੇ ਬਾਈਬਲ ਦੇ ਵਿਸ਼ਵਾਸੀ ਅਖਵਾਉਂਦੇ ਹਨ। ਹੁਣ ਕੀ ਇਹ ਆਖਣਾ ਚੰਗਾ ਅਤੇ ਉਚਿਤ ਹੈ ਕਿ ਰੈਪਚਰ ਹੋਣ ਵਾਲਾ ਹੈ ਅਤੇ ਇਹ ਬਵਾ ਰੈਪਚਰ ਦਾ ਸੰਕੇਤ ਦੇ ਰਹੀ ਹੈ, ਜੋ ਕਿ ਸਰੀਰਾਂ ਦਾ ਬਦਲਣਾ ਹੈ, ਜੋ ਕਿ ਪਰਮੇਸ਼ੁਰ ਦੇ ਬੱਚਿਆਂ ਵਿੱਚੋਂ ਕਈਆਂ ਦਾ ਸਵਰਗ ਵਿੱਚ ਜਾਣਾ ਹੈ ਤਾਂ ਕਿ ਉਹ ਧਰਤੀ ਉੱਪਰ ਆ ਰਹੀਆਂ ਹੋਰ ਬਵਾਂ ਤੋਂ ਬਚ ਸਕਣ? ਮੈਂ ਹੈਰਾਨ ਹਾਂ ਕਿ ਇਹ ਕਿਸ ਕਿਸਮ ਦੀ ਸਮਝ ਹੈ। ਕੀ ਧਰਤੀ ਉੱਪਰ ਸਮਰੱਥ ਆਉਣੀ ਸੰਭਾਵਿਤ ਨਹੀਂ ਹੈ ਤਾਂ ਕਿ ਚਿੰਨ, ਅਚੰਭੇ ਅਤੇ ਚਮਤਕਾਰ ਪ੍ਰਗਟ ਹੋਣ, ਲੋਕ ਚੰਗੇ ਕੀਤੇ ਜਾਣ, ਬਿਮਾਰ ਉੱਠਣ ਅਤੇ ਚੱਲਣ ਫਿਰਨ, ਅਤੇ ਉਹ ਸਭ ਜੋ 35 ਦੇ ਦਿਨ ਤੋਂ ਬਾਅਦ ਵਿੱਚ ਕੀਤਾ ਗਿਆ ਸੀ? ਅਤੇ ਜੇ ਅਸੀਂ ਨਹੀਂ ਕਰਦੇ ਅਤੇ ਦੁਨੀਆ ਭਰ ਦੇ ਵਿੱਚ ਵਿਸ਼ਵਾਸੀ ਹੋਣ ਦੇ ਨਾਤੇ ਸਾਡੇ ਕੋਲੋਂ ਮੁਸ਼ਕਲ ਨਾਲ ਹੀ ਸਾਡੀ ਚੰਗਿਆਈ ਦੇ ਲਈ ਵਿਸ਼ਵਾਸ ਕਰਨ ਦੀ ਤਾਕਤ ਹੈ, ਤਾਂ ਕੀ ਸੱਚਮੁੱਚ ਸਾਡੇ ਕੋਲ ਰੈਪਚਰ ਵਿੱਚ ਜਾਣ ਦੇ ਲਈ ਵਿਸ਼ਵਾਸ ਹੈ? ਜਦੋਂ ਕਿ ਤੁਹਾਡੇ ਕੋਲ ਮੁਸ਼ਕਲ ਨਾਲ ਹੀ ਰੱਬੀ ਚੰਗਿਆਈ ਲਈ ਵਿਸ਼ਵਾਸ ਹੈ ਅਤੇ ਬੱਚੇ ਮਰ ਰਹੇ ਹਨ, ਮਾਪੇ ਮਰ ਰਹੇ ਹਨ, ਪਾਸਟਰ ਮਰ ਰਹੇ ਹਨ, ਜ਼ਬੂਰ 99 ਦਾ ਅੰਗੀਕਾਰ ਕਰਦੇ ਹੋਏ ਕਲੀਸੀਆ ਨਿਯਮਿਤ ਰੂਪ ਵਿੱਚ ਮਰ ਰਹੀ ਹੈ, ਉਹ ਸੰਸਾਰ ਦੀਆਂ ਕੁਦਰਤੀ ਬਿਮਾਰੀਆਂ ਨਾਲ ਮਰ ਰਹੇ ਹਨ, ਕੀ ਤੁਸੀਂ ਰੈਪਚਰ ਲਈ ਤਿਆਰ ਹੋ? ਕੀ ਸਾਡੇ ਕੋਲ ਰੈਪਚਰ ਵਿੱਚ ਜਾਣ ਦੇ ਲਈ ਪਰਮੇਸ਼ੁਰ ਦੀ ਸ਼ਕਤੀ ਹੈ? ਮੈਨੂੰ ਸ਼ੱਕ ਹੈ। ਹਾਂ, ਕੀ ਅਸੀਂ ਇਸ ਨੂੰ ਸਾਬਤ ਕਰ ਸਕਦੇ ਹਾਂ? ਜੇਕਰ ਤੁਹਾਡੇ ਕੋਲ ਰੱਬੀ ਚੰਗਿਆਈ ਦੇ ਲਈ ਸ਼ਕਤੀ ਅਤੇ ਨੇਚਰ ਨਹੀਂ ਹੈ, ਤਾਂ ਫਿਰ ਕੀ ਰੈਪਚਰ ਨੂੰ ਇਕੱਲਿਆਂ ਛੱਡ ਦੇਣਾ ਨਹੀਂ ਚਾਹੀਦਾ? ਸਾਡੇ ਕੋਲ 35 ਦੇ ਦਿਨ ਵਾਂਗ ਅਤੇ ਉਸ ਤੋਂ ਬਾਅਦ ਵਾਂਗ ਸ਼ਕਤੀ ਹੋਣੀ ਚਾਹੀਦੀ ਹੈ, ਇਸ ਤੋਂ ਪਹਿਲਾਂ ਕਿ ਅਸੀਂ ਇਹ ਦਾਅਵਾ ਕਰੀਏ ਕਿ ਸਾਡਾ ਰੈਪਚਰ ਹੋਣ ਵਾਲਾ ਹੈ। ਵਿਸ਼ਵਾਸੀਓ ਅਤੇ ਪਰਮੇਸ਼ੁਰ ਦੇ ਸੱਚੇ ਬੱਚਿਓ, ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਸਾਨੂੰ ਕਿਸੇ ਬਹੁਤ ਹੀ ਮਹਾਨ ਚੀਜ਼ ਦੀ ਲੋੜ ਹੈ ਕਿ ਅਸੀਂ ਇਸ ਧਰਤੀ ਤੋਂ ਉਠਾਏ ਜਾਈਏ? ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਅਸੀਂ ਵੀ ਇਹਦੇ ਵਿੱਚ ਆਪਣੇ ਆਪ ਨੂੰ ਸ਼ਾਮਿਲ ਕਰਦੇ ਹਾਂ ਕਿ ਅਸੀਂ ਧਰਤੀ ਤੋਂ ਉਠਾਏ ਜਾਈਏ, ਜਦਕਿ ਸਾਡੇ ਕੋਲ ਰੱਬੀ ਚੰਗਾਈ ਦੇ ਵਾਸਤੇ ਵੀ ਸਮਰੱਥ ਨਹੀਂ ਹੈ। ਹੁਣ ਅਜਿਹੇ ਦਾਅਵੇ ਕਰਨ ਦੇ ਮਾਮਲੇ ਵਿੱਚ ਕੀ ਤੁਸੀਂ ਸੱਚ ਬੋਲ ਰਹੇ ਹੋ? ਕੀ ਤੁਸੀਂ ਰੱਬੀ ਪ੍ਰਕਾਸ਼ਨ ਦੁਆਰਾ ਬੋਲ ਰਹੇ ਹੋ ਕਿ ਰੈਪਚਰ ਹੋਣ ਵਾਲਾ ਹੈ? ਕੀ ਇਹ ਲਿਖਤਾਂ ਦੇ ਅਨੁਸਾਰ ਹੈ? ਕੋਈ ਜਣਾ ਆ ਕੇ ਸਾਨੂੰ ਇਹਦੀ ਵਿਆਖਿਆ ਕਰੇ। ਕੀ ਲੋਕ ਸੱਚਮੁੱਚ ਭਰੇ ਗਏ ਹਨ, ਪੈਕਡ ਹਨ ਅਤੇ ਮੋਰਬੰਦ ਹਨ ਅਤੇ ਜਾਣ ਲਈ ਤਿਆਰ ਹਨ? ਕੀ ਉਹਨਾਂ ਦੇ ਕੋਲ ਮਸੀਹ ਦੇ ਵਾਂਗ ਮਸੀਹ ਦੇ ਰੱਬੀ ਗੁਣ ਹਨ? ਕੀ ਉਹ ਸੁਭਾਅ ਦੇ ਵਿੱਚ, ਸ਼ਕਤੀ ਵਿੱਚ ਅਤੇ ਹੋਰ ਚੀਜ਼ਾਂ ਦੇ ਵਿੱਚ ਮਸੀਹ ਵਰਗੇ ਹੋ ਗਏ ਹਨ ਕਿ ਧਰਤੀ ਤੋਂ ਰੈਪਚਰ ਦੇ ਵਿੱਚ ਚਲੇ ਜਾਣ? ਉਹ ਜੇ ਅਜਿਹਾ ਹੈ ਤਾਂ ਸਾਨੂੰ ਮਦਦ ਦੀ ਲੋੜ ਹੈ। ਹਾਂ, ਕੀ ਦੁਲਹਨ ਸੰਸਾਰ ਭਰ ਤੋਂ ਕੈਚ ਕਰ ਲਈ ਗਈ ਹੈ ਜਾਂ ਉਹ ਅਜੇ ਵੀ ਅਨੁਵਾਦਾਂ ਦੀ, ਤਰਜਮਿਆਂ ਦੀ ਕੈਦ ਵਿੱਚ ਹੈ? ਵੱਖੋ ਵੱਖ ਸੰਸਥਾਵਾਂ, ਗਰੁੱਪ ਜੋ ਉੱਠ ਖਲੋਤੇ, ਉਹ ਉਹਨਾਂ ਦੇ ਗਲਤ ਅਨੁਵਾਦਾਂ, ਗਲਤ ਸਿੱਖਿਆਵਾਂ ਦੀ ਕੈਦ ਵਿੱਚ ਹੈ। ਪਰਮੇਸ਼ੁਰ ਦੇ ਬੱਚਿਓ, ਤੁਹਾਡਾ ਮਤਲਬ ਹੈ ਕਿ ਰੈਪਚਰ ਹੋਣ ਵਾਲਾ ਹੈ ਅਤੇ ਪਰਮੇਸ਼ੁਰ ਉਹਨਾਂ ਨੂੰ ਕੈਦ ਵਿੱਚ ਛੱਡ ਦੇਵੇਗਾ ਜਿਨ੍ਹਾਂ ਨੂੰ ਭਾਈ ਬ੍ਰਨਮ ਨੇ ਲੋਹੇ ਦੀਆਂ ਸਲਾਖਾਂ ਦੇ ਵਜੋਂ ਟਾਈਪ ਕੀਤਾ ਸੀ,
ਜੋ ਕਿ ਛੁਟਕਾਰੇ ਲਈ ਭੀਖ ਮੰਗਦੇ ਸਨ, ਪੁੱਛ ਰਹੇ ਹਨ ਅਤੇ ਬੇਨਤੀ ਕਰਦੇ ਹਨ ਕਿ ਸਾਨੂੰ ਛੁਡਾਓ, ਸਾਨੂੰ ਛੁਡਾਓ। ਕੀ ਅਸੀਂ ਉਹਨਾਂ ਨੂੰ ਕੈਦ ਵਿੱਚ ਛੱਡ ਕੇ ਸ਼ਕਤੀਹੀਨ ਲਾਚਾਰ ਲੋਕਾਂ ਦੇ ਵਾਂਗ ਰੈਪਚਰ ਵਿੱਚ ਜਾ ਰਹੇ ਹਾਂ ਜਾਂ ਨਹੀਂ? ਅਸੀਂ ਇਹ ਕਿਵੇਂ ਕਰ ਸਕਦੇ ਹਾਂ? ਕੀ ਲਿਖਤਾਂ ਵਿੱਚ ਇਹ ਵਾਅਦਾ ਨਹੀਂ ਹੈ ਕਿ ਜਿੰਨੇ ਪਿਤਾ ਨੇ ਮੈਨੂੰ ਦਿੱਤੇ ਹਨ ਉਹ ਮੇਰੇ ਕੋਲ ਆਉਣਗੇ, ਕੋਈ ਉਹਨਾਂ ਨੂੰ ਮੇਰੇ ਹੱਥੋਂ ਖੋ ਨਹੀਂ ਸਕਦਾ? ਕੋਈ ਵੀ ਝੂਠਾ ਨਬੀ, ਕੋਈ ਵੀ ਝੂਠਾ ਮਸਾਂ ਕੀਤਾ ਹੋਇਆ ਪਰਮੇਸ਼ੁਰ ਦੇ ਇਹਨਾਂ ਬੱਚਿਆਂ ਨੂੰ ਸਰਵਸ਼ਕਤੀਮਾਨ ਪਰਮੇਸ਼ੁਰ ਦੇ ਹੱਥੋਂ ਖੋ ਨਹੀਂ ਸਕਦਾ। ਅਫਰੀਕਾ ਦੇ ਉਹਨਾਂ ਲੋਕਾਂ ਬਾਰੇ ਕੀ? ਭਾਰਤ ਦੇ ਲੋਕਾਂ ਬਾਰੇ ਕੀ? ਚੀਨ ਦੇ ਲੋਕਾਂ ਬਾਰੇ ਕੀ? ਜਪਾਨ ਦੇ ਬਾਰੇ ਕੀ ਖਿਆਲ ਹੈ, ਜਿੱਥੇ ਕਿ ਮਹਾਨ ਬੇਦਾਰੀ ਹੋਣ ਦੀ ਸੰਭਾਵਨਾ ਹੈ? ਕੀ ਪਰਮੇਸ਼ੁਰ ਉਹਨਾਂ ਨੂੰ ਤਿਆਗ ਦੇਵੇਗਾ? ਕੀ ਪਰਮੇਸ਼ੁਰ ਦਇਆ ਨਹੀਂ ਕਰੇਗਾ? ਅਸੀਂ ਜੋ ਪਰਮੇਸ਼ੁਰ ਦੇ ਬੱਚੇ ਹਾਂ, ਕੁਝ ਹਿੱਸਾ ਇਹਨਾਂ ਲੋਕਾਂ ਨੂੰ ਜੇਲ੍ਹਖਾਨੇ ਵਿੱਚ ਛੱਡ ਕੇ ਇੱਦਾਂ ਹੀ ਚਲੇ ਜਾਵਾਂਗੇ? ਕੀ ਇਹ ਕਹਿਣਾ ਸਹੀ ਹੈ ਕਿ ਰੈਪਚਰ ਕਿਸੇ ਵੀ ਸਮੇਂ ਹੋ ਸਕਦਾ ਹੈ ਅਤੇ ਇਹਨਾਂ ਲੋਕਾਂ ਨੂੰ ਛੱਡ ਜਾਵੇਗਾ ਅਤੇ ਪਰਮੇਸ਼ੁਰ ਨੇ ਉਹਨਾਂ ਬਾਰੇ ਕੋਈ ਵਿਚਾਰ ਨਹੀਂ ਕੀਤਾ? ਹੇ ਮੇਰੇ ਪ੍ਰਭੂ, ਮੇਰੇ ਪਿਤਾ, ਮੇਰੇ ਪਰਮੇਸ਼ੁਰ, ਅਸੀਂ ਸੱਚਮੁੱਚ ਚਾਹੁੰਦੇ ਹਾਂ ਕਿ ਪਰਮੇਸ਼ੁਰ ਦ੍ਰਿਸ਼ ਦੇ ਉੱਪਰ ਆਵੇ ਅਤੇ ਕੁਝ ਕਰੇ। ਕੀ ਅਸੀਂ ਰੈਪਚਰ ਤੋਂ ਪਹਿਲਾਂ ਪਰਮੇਸ਼ੁਰ ਦੇ ਵਾਅਦੇ ਦੇਖੇ ਹਨ? ਕੀ ਤੁਸੀਂ ਉਸ ਯੋਜਨਾ 'ਤੇ ਵਿਚਾਰ ਕੀਤਾ ਜੋ ਪਰਮੇਸ਼ੁਰ ਨੇ ਯਿਸੂ ਮਸੀਹ ਦੇ ਧਰਤੀ ਨੂੰ ਛੱਡਣ ਤੋਂ ਬਾਅਦ ਲਾਗੂ ਕੀਤੀ? ਅਤੇ ਲੋਕ ਰੈਪਚਰ ਦੀ ਉਮੀਦ ਕਰ ਰਹੇ ਸਨ, ਕੀ ਵਾਪਰਿਆ? ਪਰਮੇਸ਼ੁਰ ਦੇ ਬੱਚਿਓ, ਮੈਂ ਇਹਨੂੰ ਤੁਹਾਡੇ ਧਿਆਨ ਵਿੱਚ ਲਿਆਉਂਦਾ ਹਾਂ, ਇਹ ਕਿਵੇਂ ਵਾਪਰਿਆ। ਸਧਾਰਨ ਗੱਲ ਇਹ ਹੈ ਕਿ ਉਹਨਾਂ ਨੇ ਸਾਡੇ ਪ੍ਰਭੂ ਨੂੰ ਸਲੀਬ ਉੱਪਰ ਚੜ੍ਹਾ ਦਿੱਤਾ ਅਤੇ ਜਦੋਂ ਉਹਨਾਂ ਨੇ ਇਹ ਕੀਤਾ ਤਾਂ ਉਹ ਸਾਰੇ ਨਿਸ਼ਾਨ, ਅਚੰਬੇ, ਚਿੰਨ੍ਹ ਅਤੇ ਕਰਾਮਾਤਾਂ ਜੋ ਅਸੀਂ ਰਸੂਲਾਂ ਦੇ ਕਰਤੱਵ ਦੀ ਕਿਤਾਬ ਵਿੱਚ ਪੜ੍ਹਦੇ ਹਾਂ ਉਹ ਬੰਦ ਹੋ ਗਏ ਸਨ। ਉਹ ਚੰਗਿਆਈ ਦੀ ਸੇਵਕ ਬੰਦ ਹੋ ਗਈ ਸੀ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੁਆਰਾ ਚਲਾਈ ਗਈ ਸੀ। ਉਹ ਆਦਮੀ ਜਿਹਦੇ ਕੋਲ ਮਹਾਨ ਮੋਹਰ ਸੀ, ਚਿੰਨ, ਅਚੰਬੇ, ਚਮਤਕਾਰ, ਮੁਰਦੇ ਜ਼ਿੰਦਾ ਹੋ ਰਹੇ ਸਨ, ਵਿੰਗੀਆਂ ਲੱਤਾਂ ਸਿੱਧੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਜਾਣ ਤੋਂ ਬਾਅਦ ਫਿਰ ਪਰਮੇਸ਼ੁਰ ਦੀ ਯੋਜਨਾ ਦੁਆਰਾ ਸ਼ਕਤੀ ਭੇਜ ਜਾਂਦੀ ਸੀ ਅਤੇ ਉਸਨੇ ਕਿਹਾ ਜਦ ਤੱਕ ਤੁਸੀਂ ਉੱਪਰੋਂ ਸ਼ਕਤੀ ਨਾ ਪਾ ਲਵੋ, ਯਰੂਸ਼ਲਮ ਦੇ ਵਿੱਚ ਹੀ ਠਹਿਰੇ ਰਹੋ, ਤਦ ਤੁਸੀਂ ਯਰੂਸ਼ਲਮ ਅਤੇ ਸਾਰੇ ਦੁਨੀਆਂ ਦੇ ਵਿੱਚ ਮੇਰੇ ਗਵਾਹ ਹੋਵੋਗੇ। ਕੀ ਅਸੀਂ ਉਹ ਯੋਜਨਾ ਵੇਖੀ ਹੈ? ਮਹਾਨ ਚਿੰਨ੍ਹ ਅਤੇ ਮਹਾਨ ਚਮਤਕਾਰ ਜੋ 7ਵੇਂ ਯੁੱਗ ਦੇ ਵਿੱਚ ਕੀਤੇ ਗਏ, ਕੀ ਅਸੀਂ ਇਹਨੂੰ ਦੇਖਿਆ ਹੈ? ਕੀ ਅਸੀਂ ਇਹਦੇ ਬਾਰੇ ਸੁਣਿਆ ਹੈ? ਕੀ ਤੁਸੀਂ ਕਹਿ ਸਕਦੇ ਹੋ ਕਿ ਉਹ ਸ਼ਕਤੀ ਕਦੋਂ ਦਿੱਤੀ ਗਈ ਜਿਸ ਦਾ ਵਾਅਦਾ ਮਸੀਹ ਦੀ ਦੁਲਹਨ ਪਰਮੇਸ਼ੁਰ ਦੇ ਬੱਚੇ ਨਾਲ ਕੀਤਾ ਗਿਆ? ਜਿਵੇਂ ਇਹ ਪੈਂਤੀਕੋਸ ਦੇ ਦਿਨ ਆਇਆ ਅਤੇ ਚਿੰਨ, ਅਚੰਬੇ ਅਤੇ ਚਮਤਕਾਰਾਂ ਨੂੰ ਬਹਾਲ ਕੀਤਾ ਗਿਆ, ਮੁਰਦੇ ਜਲਾਏ ਗਏ, ਵਿੰਗੀਆਂ ਲੱਤਾਂ ਸਿੱਧੀਆਂ ਕੀਤੀਆਂ ਗਈਆਂ ਅਤੇ ਇਹਦੇ ਪਿੱਛੋਂ ਰਸੂਲਾਂ ਦੇ ਕਰਤੱਵ ਦੀ ਕਿਤਾਬ ਲਿਖੀ ਗਈ, ਜੇ ਪਰਮੇਸ਼ੁਰ ਦੀ ਮਹਾਨ ਸ਼ਕਤੀ ਅਸਲ ਦੇ ਵਿੱਚ ਲੋਕਾਂ ਦੇ ਉੱਪਰ ਆਉਂਦੀ ਹੈ ਤਾਂ ਕੀ ਉਹ ਦੁਬਾਰਾ ਰਸੂਲਾਂ ਦੇ ਕਰਤੱਵ ਦੀ ਇੱਕ ਹੋਰ ਕਿਤਾਬ ਨਹੀਂ ਲਿਖਣਗੇ? ਕੀ ਤੁਹਾਡੇ ਕੋਲ ਪਰਮੇਸ਼ੁਰ ਦੀ ਮੋਹਰ ਹੈ ਕਿ ਬਾਬਾ ਤੁਹਾਡੇ ਨੇੜੇ ਨਹੀਂ ਆ ਸਕਦੀ? ਅਤੇ ਹੋਰ ਬਹੁਤ ਸਾਰੀਆਂ ਬਾਵਾਂ ਜੋ ਪ੍ਰਕਾਸ਼ ਦੀ ਪੋਥੀ ਉਹਦੇ 11ਵੇਂ ਅਧਿਆਇ ਵਿੱਚ ਲਿਖੀਆਂ ਗਈਆਂ ਹਨ ਜੋ ਧਰਤੀ 'ਤੇ ਆਉਣਗੀਆਂ, ਕੀ ਤੁਹਾਡੇ ਕੋਲ ਇਸਦਾ ਵਿਰੋਧ ਕਰਨ ਦੀ ਅਤੇ ਚਿੰਨ, ਚਮਤਕਾਰ ਅਤੇ ਅਚੰਬੇ ਕੰਮ ਕਰਨ ਦੀ ਸ਼ਕਤੀ ਹੈ? ਅਤੇ ਉਹਨਾਂ ਚੀਜ਼ਾਂ ਤੋਂ ਬਾਅਦ ਉਹ ਰੈਪਚਰ ਦੀ ਉਮੀਦ ਕਰ ਰਹੇ ਸਨ ਪਰ ਉਹਨਾਂ ਨੇ ਪਾਪ ਕੀਤਾ, ਉਹਨਾਂ 'ਚੋਂ ਹਰੇਕ ਨੇ ਪਾਪ ਕੀਤਾ ਅਤੇ ਝੂਠੇ ਨਬੀ ਅੰਦਰ ਵੜ ਆਏ ਅਤੇ ਉਹ ਪਰਮੇਸ਼ੁਰ ਦੇ ਵਚਨ ਤੋਂ ਪਿਛਾਂਹ ਹਟ ਗਏ ਅਤੇ ਉਸ ਯੁੱਗ ਦੀ ਦੁਲਹਨ ਅਦਨ ਦੀ ਦੁਲਹਨ ਦੇ ਵਾਂਗ ਡਿੱਗ ਪਈ ਅਤੇ ਉਸ ਸਮੇਂ ਤੋਂ ਪਰਮੇਸ਼ੁਰ ਦੀ ਸ਼ਕਤੀ ਜਾਂਦੀ ਰਹੀ। ਪਰ ਪਰਮੇਸ਼ੁਰ ਨੇ ਯੋਇਲ ਨਬੀ ਦੀ ਕਿਤਾਬ ਦੇ ਵਿੱਚ ਵਾਅਦਾ ਕੀਤਾ ਹੈ ਔਰ ਵੱਡਾ ਵਾਅਦਾ ਕੀਤਾ ਗਿਆ ਸੀ ਕਿ ਮੈਂ ਫਿਰ ਤੋਂ ਬਹਾਲ ਕਰਾਂਗਾ, ਪ੍ਰਭੂ ਆਖਦਾ ਹੈ। ਕੀ ਉਹ ਬਹਾਲੀ ਹੋ ਚੁੱਕੀ ਹੈ? ਇਹ ਕਦੋਂ ਹੋਈ ਸੀ ਅਤੇ ਇਹ ਕਿਸ ਦੇ ਦੁਆਰਾ ਹੋਈ ਸੀ ਅਤੇ ਇਹ ਕਿਸ ਝੁੰਡ ਦੇ ਵਿੱਚ ਹੋਈ ਸੀ? ਨਹੀਂ, ਇਹ ਬਹਾਲੀ ਇੱਕ ਹੀ ਆਦਮੀ ਦੁਆਰਾ ਚਿੰਨ੍ਹ ਅਤੇ ਅਚੰਬੇ ਅਤੇ ਮਹਾਨ ਕੰਮ ਕਰਨਾ ਨਹੀਂ ਹੈ। ਨਹੀਂ, ਇਹ ਇੱਕ ਝੁੰਡ ਹੋਣਾ ਚਾਹੀਦਾ ਹੈ। ਹਾਂ, ਇਹ ਇੱਕ ਝੁੰਡ ਹੋਣਾ ਚਾਹੀਦਾ ਹੈ ਅਤੇ ਉਹ ਝੁੰਡ ਜਿਸਦੇ ਕੋਲ ਪੈਂਤੀਕੁਸ ਦੇ ਦਿਨ ਤੋਂ ਬਾਅਦ ਵਾਲੀ ਸ਼ਕਤੀ, ਨਿਸ਼ਾਨ, ਅਚੰਬੇ, ਚਿੰਨ੍ਹ ਅਤੇ ਕਰਾਮਾਤਾਂ ਹੋਣ।
ਮੇਰੇ ਭਾਈਓ, ਕੀ ਤੁਸੀਂ ਅਜਿਹਾ ਹੁੰਦਾ ਵੇਖਿਆ? ਭੈਣੋ, ਕੀ ਤੁਸੀਂ ਅਜਿਹਾ ਹੁੰਦਾ ਵੇਖਿਆ? ਕੀ ਤੁਸੀਂ ਇਸ ਸੰਸਾਰ ਭਰ ਦੇ ਵਿੱਚ ਇੱਦਾਂ ਹੁੰਦਾ ਵੇਖਿਆ? ਕੀ ਤੁਸੀਂ ਪਰਮੇਸ਼ੁਰ ਦੀ ਉਹ ਮਹਾਨ ਸ਼ਕਤੀ ਵੇਖੀ ਜੋ ਉਹਨਾਂ ਨੇ ਦੇਖੀ ਅਤੇ ਰੈਪਚਰ ਦੀ ਉਮੀਦ ਕਰ ਰਹੇ ਸਨ? ਕੀ ਰੈਪਚਰ ਦੇ ਮਹਾਨ ਸਮੇਂ ਤੋਂ ਪਹਿਲਾਂ ਇੱਥੇ ਮਹਾਨ ਚਿੰਨ੍ਹ ਅਤੇ ਚੰਬੇ ਅਤੇ ਚਮਤਕਾਰ ਨਹੀਂ ਹੋਣਗੇ? ਚਿੰਨ੍ਹ ਹੋਣੇ ਲਾਜ਼ਮੀ ਹਨ, ਅਚੰਬੇ ਹੋਣੇ ਲਾਜ਼ਮੀ ਹਨ, ਮਹਾਨ ਰੈਪਚਰ ਤੋਂ ਪਹਿਲਾਂ ਚਮਤਕਾਰ ਹੋਣੇ ਜ਼ਰੂਰੀ ਹਨ। ਅਤੇ ਜੇ ਸਾਡੇ ਕੋਲ ਰੱਬੀ ਚੰਗਿਆਈ ਦੇ ਲਈ ਸਾਮਰਥ ਨਹੀਂ ਹੈ ਤਾਂ ਕੀ ਸਾਡੇ ਕੋਲ ਸਰੀਰਾਂ ਦੇ ਬਦਲਣ ਦੇ ਲਈ ਸ਼ਕਤੀ ਹੋਵੇਗੀ ਜਿਹਨੂੰ ਅਸੀਂ ਰੈਪਚਰ ਰੱਖਦੇ ਹਾਂ? ਸਰੀਰਾਂ ਦਾ ਬਦਲਣਾ ਪਰਮੇਸ਼ੁਰ ਨਾ ਕਰੇ। ਮਲਾਕੀ 4:5-6 ਦੇ ਨਬੀ ਦੁਆਰਾ ਵਚਨ ਬਹਾਲ ਕੀਤਾ ਗਿਆ, ਪਰ ਸਾਨੂੰ ਸਾਰੀਆਂ ਚੀਜ਼ਾਂ ਬਹਾਲ ਕਰਨ ਦਾ ਵਾਅਦਾ ਕੀਤਾ ਗਿਆ ਸੀ। ਰਸੂਲਾਂ ਦੇ ਕਰਤੱਬ 3:21 ਦੇ ਵਿੱਚ ਲਿਖਿਆ ਹੈ, ਜ਼ਰੂਰ ਹੈ ਜੋ ਸਵਰਗ ਵਿੱਚ ਜਾ ਰਹੇ ਜਿੰਨਾ ਚਿਰ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾਂ ਨਾ ਆਵੇ, ਜਿਹਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤਰ ਨਬੀਆਂ ਦੀ ਜ਼ੁਬਾਨੀ ਮੁੱਢੋਂ ਆਖਿਆ ਸੀ। ਯਿਸੂ ਮਸੀਹ ਦਾ ਸਵਰਗ ਵਿੱਚ ਰਹਿਣਾ ਲਾਜ਼ਮੀ ਹੈ ਜਦ ਤੱਕ ਸਭ ਚੀਜ਼ਾਂ ਦੀ ਬਹਾਲੀ ਨਹੀਂ ਹੁੰਦੀ। ਆਮੀਨ। ਕੋਈ ਆ ਕੇ ਸਾਨੂੰ ਇਹ ਸਮਝਾਵੇ ਕਿ ਪਰਮੇਸ਼ੁਰ ਦੇ ਵਾਅਦਿਆਂ ਨੂੰ ਸਾਡੇ ਜੀਵਨ ਵਿੱਚ ਪੂਰਾ ਕੀਤੇ ਬਿਨਾਂ ਅਸੀਂ ਕਿਵੇਂ ਸਵਰਗ 'ਤੇ ਉਠਾਏ ਜਾ ਸਕਦੇ ਹਾਂ? ਇਹ ਕਿਵੇਂ ਹੋ ਸਕਦਾ ਹੈ? ਕਿ ਜ਼ਬੂਰ 99 ਅਜੇ ਵੀ ਜਿਉਂਦਾ ਹੈ ਜਾਂ ਫਿਰ ਇਹ ਪੁਰਾਣੇ ਨੇਮ ਨਾਲ ਹੀ ਸੰਬੰਧ ਰੱਖਦਾ ਹੈ? ਅਤੇ ਫਿਰ ਨਵੇਂ ਨੇਮ ਦੇ ਹੋਰ ਵਾਅਦਿਆਂ ਬਾਰੇ ਕੀ ਖਿਆਲ ਹੈ? ਅਤੇ ਕੀ ਇਹ ਕਹਿਣਾ ਸਹੀ ਹੈ ਕਿ ਸੰਤ ਯੂਹੰਨਾ ਉਹਦਾ 12ਵਾਂ ਅਧਿਆਇ ਇਸ ਸਮੇਂ ਐਕਸ਼ਨ ਦੇ ਵਿੱਚ ਹੈ, ਕੰਮ ਦੇ ਵਿੱਚ ਹੈ? ਸਾਨੂੰ ਇਹ ਦਾਅਵਾ ਕਰਨਾ ਕਿਉਂ ਚਾਹੀਦਾ ਹੈ? ਕੀ ਇਹ ਸਹੀ ਹੈ ਕਿ ਸੰਤ ਯੂਹੰਨਾ 14:12 ਆਇਤ, ਜਦੋਂ ਤੁਸੀਂ ਇਹਨੂੰ ਉਸ ਸੇਵਕਾਰੀ ਪੜ੍ਹਦੇ ਹੋ ਜੋ ਗੁਜ਼ਰ ਚੁੱਕੀ ਹੈ ਅਤੇ ਜਿਸਦਾ ਸਿੱਧ ਤਰੀਕੇ ਨਾਲ ਸੱਤ ਕ੍ਰਿਸੇ ਯੁੱਗਾਂ ਦੌਰਾਨ ਪ੍ਰਦਰਸ਼ਨ ਕੀਤਾ ਗਿਆ ਅਤੇ ਉਹਨਾਂ ਸਾਰੇ ਵਾਅਦਿਆਂ ਨੂੰ ਲੈ ਕੇ ਕੀ ਅੱਜ ਦੇ ਸਮੇਂ ਦੁਸ਼ਮਣ ਦਾ ਸਾਹਮਣਾ ਕਰਨ ਲਈ ਲਾਗੂ ਕਰ ਸਕਦੇ ਹਾਂ? ਕੀ ਇਹ ਸਹੀ ਹੈ ਜਾਂ ਇਹ ਬੀਤਿਆ ਸਮਾਂ ਹੈ? ਅਸੀਂ ਪੇਂਟ ਕੀਤੀ ਹੋਈ ਅੱਗ ਨਾਲ ਗਰਮ ਨਹੀਂ ਹੋ ਸਕਦੇ। ਨਹੀਂ, ਅਸੀਂ ਇਹਨੂੰ ਸਮਝ ਨਹੀਂ ਸਕਦੇ ਹਾਂ। ਕਿਸੇ ਨੂੰ ਆ ਕੇ ਸਾਨੂੰ ਇਹਦੀ ਵਿਆਖਿਆ ਕਰਨੀ ਪੈਣੀ ਹੈ ਅਤੇ ਵਿਖਾਉਣਾ ਪੈਣਾ ਹੈ ਕਿ ਅਸੀਂ ਵਾਅਦਾ ਕੀਤੀ ਧਰਤੀ ਵਿੱਚ ਕਿੱਥੇ ਹਾਂ। ਜੇ ਅਸੀਂ ਮਿਸਰ ਦੀ ਧਰਤੀ ਅਤੇ ਲਹੂ ਦੇ ਹੇਠ ਸੁਰੱਖਿਅਤ ਹਾਂ ਅਤੇ ਇਹ ਬਵਾ ਸਾਨੂੰ ਛੂ ਨਹੀਂ ਸਕਦੀ, ਜਿੱਥੇ ਕਿ ਅਸੀਂ ਜਲਦੀ ਹੀ ਰੈਪਚਰ ਵਿੱਚ ਜਾ ਰਹੇ ਹਾਂ, ਜਿੱਥੇ ਪਰਮੇਸ਼ੁਰ ਦੇ ਲੋਕ ਭਰੇ ਹੋਏ ਹਨ, ਜਾਣ ਲਈ ਬਿਲਕੁਲ ਤਿਆਰ ਹਨ, ਪੈਕਡ ਹਨ। ਕੀ ਇਹ ਦਾਅਵਾ ਕਰਨਾ ਸਹੀ ਹੈ ਕਿ ਅਸੀਂ ਸੰਤ ਯੂਹੰਨਾ 14:12 ਆਇਤ ਬਾਰੇ ਜਾਣਦੇ ਹਾਂ ਜਦੋਂ ਕਿ ਲੋਕ ਹਰ ਜਗ੍ਹਾ ਮਰ ਰਹੇ ਹਨ, ਅਤੇ ਅਸੀਂ ਆਖੀਏ ਕਿ ਇਹ ਹੁਣ ਕੰਮ ਦੇ ਵਿੱਚ ਹੈ, ਐਕਸ਼ਨ ਦੇ ਵਿੱਚ ਹੈ? ਸੋਚੋ ਜੇ ਇਹ ਸਹੀ ਹੈ, ਸੋਚੋ ਜੇ ਇਹ ਸੱਚ ਹੈ। ਯੂਹੰਨਾ ਉਹਦਾ 14 ਅਧਿਆਇ ਉਹਦੀ 12 ਆਇਤ ਕਹਿੰਦੀ ਹੈ, ਮੈਂ ਤੈਨੂੰ ਸੱਚ ਸੱਚ ਆਖਦਾ ਹਾਂ ਕਿ ਜਿਹੜਾ ਮੇਰੇ ਉੱਪਰ ਨੇਚਾ ਕਰਦਾ ਹੈ, ਸੋ ਇਹ ਕੰਮ ਜਿਹੜੇ ਮੈਂ ਕਰਦਾ ਹਾਂ ਉਹ ਵੀ ਕਰੇਗਾ, ਸਗੋਂ ਇਹਨਾਂ ਨਾਲੋਂ ਵੱਡੇ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਪਿਤਾ ਦੇ ਕੋਲ ਜਾਂਦਾ ਹਾਂ। ਅਤੇ ਇਹ ਸੰਤ ਯੂਹੰਨਾ 14 ਅਧਿਆਇ ਉਹਦੀ 12 ਆਇਤ ਹੈ, ਜਦੋਂ ਸਾਡਾ ਪ੍ਰਭੂ ਯਿਸੂ ਮਸੀਹ ਸਵਰਗ 'ਤੇ ਜਾਣ ਦੇ ਲਈ ਤਿਆਰ ਸੀ। ਇਹ ਵਾਅਦਾ ਸੀ, ਅਤੇ ਇਹ ਵਾਅਦਾ ਕੇਵਲ ਉਹਨਾਂ ਦੇ ਲਈ ਹੀ ਨਹੀਂ ਸੀ, ਇਹ ਚਰਚ ਦੇ ਲਈ ਸੀ, ਸੱਚੇ ਵਿਸ਼ਵਾਸੀਆਂ ਦੇ ਲਈ ਸੀ। ਉਹਨੇ ਆਖਿਆ, ਜਿਹੜੇ ਕੰਮ ਮੈਂ ਕਰਦਾ ਤੁਸੀਂ ਵੀ ਕਰੋਗੇ, ਬਲਕਿ ਇਹਨਾਂ ਨਾਲੋਂ ਵੱਡੇ ਵੱਡੇ ਕੰਮ ਕਰੋਗੇ, ਕਿਉਂਕਿ ਮੈਂ ਪਿਤਾ ਦੇ ਕੋਲ ਜਾਂਦਾ ਹਾਂ। ਪਰਮੇਸ਼ੁਰ ਦਾ ਇਹ ਵਾਅਦਾ ਹੈ ਜੋ ਸੈਂਕੜੇ ਸਾਲਾਂ ਤੋਂ ਸੀ ਔਰ 35 ਦਿਨ ਤੋਂ ਬਾਅਦ ਇਹ ਪੂਰਾ ਹੋਇਆ ਸੀ। ਕੀ ਰੈਪਚਰ ਤੋਂ ਪਹਿਲਾਂ ਅਸੀਂ ਉਹ ਹੀ ਸਮਰੱਥ ਨਹੀਂ ਦੇਖਣੀ ਹੈ ਕਿ ਅਸੀਂ ਵਿਸ਼ਵਾਸੀਆਂ ਨੇ ਪਰਮੇਸ਼ੁਰ ਦੇ ਲੋਕਾਂ ਦੇ ਵਜੋਂ, ਕਲੀਸੀਆ ਦੇ ਲੋਕਾਂ ਵਜੋਂ, ਵਿਸ਼ਵਾਸੀ ਹੋਣ ਵਜੋਂ ਰੈਪਚਰ ਤੋਂ ਪਹਿਲਾਂ ਇਸ ਲਿਖਤ ਨੂੰ ਦੁਬਾਰਾ ਪੂਰਾ ਨਹੀਂ ਕਰਨਾ ਹੈ ਜਿਹਦੇ ਬਾਰੇ ਭਵਿੱਖਬਾਣੀ ਵੀ ਕੀਤੀ ਗਈ ਸੀ? ਜਾਂ ਕਿ ਉਹ ਸਾਰੀਆਂ ਭਵਿੱਖਬਾਣੀਆਂ ਜੋ ਇਸ ਪੀੜ੍ਹੀ ਲਈ ਕੀਤੀਆਂ ਗਈਆਂ ਸਨ ਖਤਮ ਹੋ ਗਈਆਂ ਹਨ, ਕਿਉਂਕਿ ਇਹ ਬਵਾ ਲੰਘ ਰਹੀ ਹੈ ਅਤੇ ਰੈਪਚਰ ਹੋਣ ਵਾਲਾ ਹੈ, ਜਿੱਦਾਂ ਤੁਸੀਂ ਕਈ ਲੋਕ ਆਖ ਰਹੇ ਹਨ? ਰੈਪਚਰ ਇਸ ਹਾਲਤ ਵਿੱਚ ਨਹੀਂ ਹੋਣ ਵਾਲਾ। ਭਾਈਓ ਭੈਣੋ, ਆਓ ਵਿਚਾਰ ਕਰੀਏ, ਸਗੋਂ ਬਹਿਸ ਨਾ ਕਰੀਏ। ਹੇ ਪਿਆਰਿਓ, ਸਮਾਂ ਸਾਡੇ 'ਤੇ ਆ ਪਹੁੰਚਿਆ ਹੈ ਔਰ ਇਹ ਦਿਖਾ ਰਿਹਾ ਹੈ, ਇਹ ਨਿਸ਼ਚਿਤ ਰੂਪ ਵਿੱਚ ਦਿਖਾ ਰਿਹਾ ਹੈ ਕਿ ਉਹ ਸਮਾਂ ਅਤੇ ਉਹ ਘੜੀ ਇੱਥੇ ਹੈ, ਅਤੇ ਅਸੀਂ ਇਹਦਾ ਵਿਸ਼ਵਾਸ ਕਰਦੇ ਹਾਂ। ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਰੈਪਚਰ ਦੇ ਨੇੜੇ ਆ ਰਹੇ ਹਾਂ, ਪਰ ਰੈਪਚਰ ਦੇ ਨੇੜੇ ਆਉਂਦੇ ਹੋਏ ਕੀ ਸਾਨੂੰ ਪਰਮੇਸ਼ੁਰ ਦੀ ਸ਼ਕਤੀ ਦਾ ਪ੍ਰਦਰਸ਼ਨ ਨਹੀਂ ਦੇਖਣਾ ਚਾਹੀਦਾ?
ਜੋ ਕਿ ਅਸਲ ਵਿੱਚ ਸਾਨੂੰ ਧਰਤੀ ਉਠਾ ਲਿਆ ਜਾਵੇਗੀ, ਜਾਂ ਫਿਰ ਕੀ ਅਸੀਂ ਇੱਕ ਭਰੇ ਹੋਏ ਲੋਕ ਹਾਂ, ਪੈਕ ਕੀਤੇ ਹੋਏ ਲੋਕ ਹਾਂ ਅਤੇ ਜਾਣ ਲਈ ਤਿਆਰ ਹਾਂ? ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਸਿਖਾਓ। ਹਾਂ, ਇਹ ਮੇਰੇ ਪਰਮੇਸ਼ੁਰ, ਮੇਰੇ ਪਿਤਾ, ਕੀ ਅਸੀਂ ਸੱਚਮੁੱਚ ਸੰਸਾਰ ਭਰ ਦੇ ਆਪਣੇ ਵਿਸ਼ਵਾਸੀਆਂ ਨੂੰ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਹਾਂ? ਕਿ ਅਸੀਂ ਸੱਚਮੁੱਚ ਸੰਤ ਯੂਹੰਨਾ ਉਹਦਾ 14 ਅਧਿਆਇ ਉਹਦੀ 12 ਆਇਤ ਦਾ ਪ੍ਰਦਰਸ਼ਨ ਕਰ ਰਹੇ ਹਾਂ? ਕਿ ਅਸੀਂ ਸੱਚਮੁੱਚ ਅਜਿਹਾ ਕਰ ਰਹੇ ਹਾਂ? ਕਿ ਅਸੀਂ ਸੱਚਮੁੱਚ ਪਰਮੇਸ਼ੁਰ ਦੀ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਹਾਂ ਜੋ ਕਿ ਰੈਪਚਰ ਦਾ ਚਿੰਨ੍ਹ ਹੈ? ਜਾਂ ਫਿਰ ਸਾਨੂੰ ਸਾਰੇ ਵਿਸ਼ਵਾਸੀਆਂ ਨੂੰ ਜੋ ਕਿ ਪਰਮੇਸ਼ੁਰ ਦੇ ਬੱਚੇ ਹਾਂ ਸਿਰਫ ਇਹਦੀ ਆਸ ਹੀ ਕਰਨੀ ਚਾਹੀਦੀ ਹੈ, ਜਾਂ ਇਹਦੇ ਲਈ ਬਸ ਵਿਸ਼ਵਾਸ ਹੀ ਕਰਨਾ ਚਾਹੀਦਾ ਹੈ? ਜਾਂ ਕੀ ਅਸੀਂ ਇਹਨੂੰ ਹਕੀਕਤ ਵਿੱਚ ਦੇਖਾਂਗੇ? ਨਹੀਂ। ਜੇਕਰ ਸਾਡੇ ਕੋਲ ਕੋਈ ਪਵਿੱਤਰ ਸ਼ਾਸਤਰ ਅਨੁਸਾਰ ਵਚਨ ਹੈ, ਉਹ ਕਿੱਥੇ ਹੈ? ਯਾਕੂਬ ਦੀ ਕਿਤਾਬ ਵਿੱਚ ਲਿਖਿਆ ਹੈ, ਕੰਮਾਂ ਦੇ ਬਾਝੋਂ ਨੇਚਾ ਮੁਰਦਾ ਹੈ, ਬਿਨਾਂ ਕੰਮਾਂ ਦੇ ਵਿਸ਼ਵਾਸ ਮੁਰਦਾ ਹੈ। ਕੰਮ ਹਨ ਜਿਹੜੇ ਸਾਡੇ ਵਿਸ਼ਵਾਸ ਨੂੰ ਪ੍ਰਗਟ ਕਰਦੇ ਹਨ, ਅਤੇ ਕੰਮ ਮੁੱਢਲੀ ਕਲੀਸਿਆ ਦੇ ਵਿਸ਼ਵਾਸ ਨੂੰ ਪ੍ਰਗਟ ਕਰਦੇ ਹਨ, ਅਤੇ 35 ਦੇ ਦਿਨ ਤੋਂ ਬਾਅਦ ਅਤੇ ਕੰਮ ਜਿਹੜੇ ਉਹਨਾਂ ਨੇ ਪ੍ਰਗਟ ਕੀਤੇ ਉਹ ਰਸੂਲਾਂ ਦੇ ਕਰਤੱਵ ਦੀ ਕਿਤਾਬ 'ਚ ਲਿਖੇ ਗਏ ਸਨ। ਜੇਕਰ ਕਿਸੇ ਵਿਅਕਤੀ ਦੇ ਕੋਲ ਉਹ ਹੋਵੇ ਜੋ 35 ਦੇ ਦਿਨ ਉਹਨਾਂ ਦੇ ਕੋਲ ਸੀ ਅਤੇ ਮਹਾਨ ਸ਼ਕਤੀ ਅਤੇ ਚਿੰਨ੍ਹ ਪ੍ਰਗਟ ਹੁੰਦੇ ਹਨ, ਤਾਂ ਕੀ ਉਹ ਰਸੂਲਾਂ ਦੇ ਕਰਤੱਵ ਦੀ ਇੱਕ ਹੋਰ ਕਿਤਾਬ ਲਿਖ ਨਹੀਂ ਦਿੰਦੇ? ਅਤੇ ਧਰਤੀ ਉੱਪਰ ਉਸ ਮਹਾਨ ਬੇਦਾਰੀ ਲਿਆਉਣ ਵਾਲਿਆਂ ਦੇ ਨਾਮ ਉਹਦੇ ਵਿੱਚ ਲਿਖੇ ਨਾ ਜਾਂਦੇ, ਜਿਵੇਂ ਕਿ ਉਹਨਾਂ ਨੂੰ ਲਿਖਿਆ ਗਿਆ ਸੀ, ਪਤਰਸ, ਯਕੂਬ, ਯੂਹੰਨਾ ਅਤੇ ਬਾਅਦ ਵਿੱਚ ਭਾਈ ਪੌਲਸ? ਮੇਰੇ ਪਿਆਰੇ ਵਿਸ਼ਵਾਸੀਓ, ਭੈਣੋ, ਕੀ ਸਾਨੂੰ ਆਪਣੇ ਆਪ ਨੂੰ ਹਲੀਮ ਕਰਨਾ ਨਹੀਂ ਚਾਹੀਦਾ ਹੈ? ਲੋਕ ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਹਨ, ਲੋਕ ਜਿਹੜੇ ਪਰਮੇਸ਼ੁਰ ਦੇ ਬੱਚੇ ਹਨ, ਕੀ ਸਾਨੂੰ ਆਪਣੇ ਆਪ ਨੂੰ ਹਲੀਮ ਕਰਨਾ ਨਹੀਂ ਚਾਹੀਦਾ ਅਤੇ ਸਰਬ ਸ਼ਕਤੀਮਾਨ ਨੂੰ ਪੁਕਾਰਨਾ ਚਾਹੀਦਾ ਹੈ ਕਿ ਉਹ ਸੰਤ ਯੂਹੰਨਾ 14 ਅਧਿਆਇ ਉਹਦੀ 12 ਆਇਤ, ਮਰਕਸ 16 ਅਧਿਆਇ ਅਤੇ ਨਵੇਂ ਨੇਮ ਦੇ ਅਲੱਗ ਅਲੱਗ ਵਾਅਦਿਆਂ ਦੀ ਸਾਮਰਥ ਨੂੰ ਭੇਜੇ? ਕਿ ਸਾਨੂੰ ਆਪਣੇ ਆਪ ਨੂੰ ਹਲੀਮ ਕਰਨਾ ਨਹੀਂ ਚਾਹੀਦਾ ਅਤੇ ਦੁਹਾਈ ਦੇਣੀ ਚਾਹੀਦੀ ਹੈ ਅਤੇ ਵੇਖਣਾ ਚਾਹੀਦਾ ਹੈ ਕਿ ਸਾਡੇ 'ਚ ਕੀ ਘਾਟ ਹੈ, ਦੇਖੋ ਕਿ ਤੁਹਾਡੇ ਕੋਲ ਕਿਸ ਚੀਜ਼ ਦੀ ਘਾਟ ਹੈ। ਮੈਂ ਵਿਸ਼ਵਾਸ ਕਰਦਾ ਹਾਂ ਕਿ ਸਾਨੂੰ 35 ਦੇ ਦਿਨ ਵਰਗੇ ਲੋਕ ਬਣਨ ਲਈ ਇਹ ਜਾਂਚਣਾ ਚਾਹੀਦਾ ਹੈ ਕਿ ਸਾਡੇ ਕੋਲ ਕਿਸ ਚੀਜ਼ ਦੀ ਘਾਟ ਹੈ। ਮੈਨੂੰ ਵਿਸ਼ਵਾਸ ਹੈ ਕਿ ਪ੍ਰਭੂ ਸਾਡੀ ਮਦਦ ਕਰ ਸਕਦਾ ਹੈ। ਮੇਰਾ ਵਿਸ਼ਵਾਸ ਹੈ ਕਿ ਪ੍ਰਭੂ ਉਸ ਚੀਜ਼ ਦੀ ਪਹਿਚਾਣ ਕਰ ਸਕਦਾ ਹੈ ਕਿ ਸੰਸਾਰ ਵਿੱਚ ਸਾਡੇ ਕੋਲ ਕਿਸ ਚੀਜ਼ ਦੀ ਘਾਟ ਹੈ, ਸਾਡੇ ਕੋਲ ਕਿਸੇ ਚੀਜ਼ ਦੀ ਘਾਟ ਹੈ। ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਹ ਵਜ੍ਹਾ ਕਿ ਅਸੀਂ ਉਦਾਂ ਦੇ ਕੰਮ ਨਹੀਂ ਦੇਖ ਰਹੇ ਜੋ 35 ਦੇ ਦਿਨ ਅਤੇ ਉਸ ਤੋਂ ਬਾਅਦ ਹੋਏ ਸਨ, ਅਤੇ ਉਸ ਤੋਂ ਬਾਅਦ ਮਹਾਨ ਆਦਮੀ ਆਏ ਅਤੇ 1906 ਸਨ ਦੇ ਵਿੱਚ ਮਹਾਨ ਪਵਿੱਤਰ ਆਤਮਾ ਦਾ ਵਹਾਇਆ ਜਾਣਾ ਹੋਇਆ। ਇਹਦੀ ਵਜ੍ਹਾ ਇਹ ਹੈ ਕਿ ਅਸੀਂ ਅਜੇ ਤੱਕ ਵੀ ਉਹਨਾਂ ਦੇ ਨਾਲ ਮੇਲ ਨਹੀਂ ਖਾਧਾ ਹੈ। ਚਿੰਨ, ਅਚੰਭੇ, ਚਮਤਕਾਰ ਜਿਹੜੇ ਹੋਏ, 1944 ਦੇ ਵਿੱਚ 1,000,000 ਲੋਕ ਬਚਾਏ ਗਏ। ਚਿੰਨ, ਅਚੰਭੇ ਅਤੇ ਚਮਤਕਾਰ, ਅਤੇ ਲੋਕ ਦਾਅਵਾ ਕਰਦੇ ਹਨ ਕਿ ਉਹਨਾਂ ਦੇ ਕੋਲ ਸਭ ਤੋਂ ਜ਼ਿਆਦਾ ਸੱਚਾਈ ਹੈ, ਸਭ ਤੋਂ ਉੱਤਮ ਸੱਚਾਈ ਹੈ, ਉਹ ਪਰਮੇਸ਼ੁਰ ਦੇ ਬੱਚੇ ਹਨ, ਅਤੇ ਫਿਰ ਵੀ ਉਹਨਾਂ ਦੇ ਕੋਲ ਉਹ ਵੀ ਨਹੀਂ ਹੈ ਜੋ ਉਹਨਾਂ ਦੇ ਕੋਲ 1906 ਸਨ ਦੇ ਵਿੱਚ ਸੀ। ਜ਼ਰੂਰ ਕਿਸੇ ਚੀਜ਼ ਦੀ ਘਾਟ ਹੈ, ਯਕੀਨਨ ਹੀ ਕਿਸੇ ਚੀਜ਼ ਦੀ ਘਾਟ ਹੈ, ਇੱਥੋਂ ਤੱਕ ਕਿ ਉਹਨਾਂ ਕੋਲ ਉਹ ਵੀ ਨਹੀਂ ਹੈ ਜੋ ਉਹਨਾਂ ਦੇ ਕੋਲ 35 ਤੇ ਸੀ, ਤਾਂ ਕਿ ਵਿਖਾ ਸਕਣ ਕਿ ਉਹਨਾਂ ਦੇ ਕੋਲ ਦੂਜੇ ਨਾਲੋਂ ਕੁਛ ਵੱਧ ਹੈ। ਹਾਂ, ਇਹ ਕਲੀਸੀਆ ਦਾ 7ਵਾਂ ਯੁੱਗ ਸੀ, ਅਤੇ ਜੇਕਰ ਅਸੀਂ 7ਵੇਂ ਕਲੀਸੀਆ ਕਾਲ ਦੇ ਨਾਲ ਮੇਲ ਨਹੀਂ ਖਾਂਦੇ ਜਿਹੜੇ ਕੰਮ ਉਹਨਾਂ ਵਿੱਚ ਹੋਏ, ਫਿਰ ਅਸੀਂ ਰੈਪਚਰ ਵਿੱਚ ਕਿਵੇਂ ਜਾ ਸਕਦੇ ਹਾਂ? ਅਸੀਂ ਈਵਨ 1906 ਸਾਲ ਦੇ ਪੈਂਟੀਕੋਸਟਲਾਂ ਦੇ ਨਾਲ ਮੇਲ ਨਹੀਂ ਖਾ ਸਕਦੇ। ਜੇ ਸੀਮੋਰ ਦੇ ਨਾਲ, ਜਿਹੜਾ ਕਿ ਕਾਲੇ ਰੰਗ ਦਾ ਇੱਕ ਵਿਅਕਤੀ ਸੀ, ਹਾਂ, ਅਸੀਂ ਇਹਦੇ ਨਾਲ ਮੇਲ ਨਹੀਂ ਖਾ ਸਕਦੇ। ਸਾਡੀ ਹਾਲਤ ਬਾਰੇ ਕੀ ਹੈ? ਸਾਡੀ ਸਥਿਤੀ ਬਾਰੇ ਕੀ ਖਿਆਲ ਹੈ? ਕੀ ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਪਰਮੇਸ਼ੁਰ ਸਾਡੀ ਰੱਖਿਆ ਕਰ ਰਿਹਾ ਹੈ? ਕਿ ਜ਼ਬੂਰ 99 ਅਜੇ ਵੀ ਜਿਉਂਦਾ ਹੈ? ਸਵਰਗੀ ਪਿਤਾ ਤੁਹਾਨੂੰ ਆਸ਼ੀਸ਼ ਦੇਵੇ। ਆਮੀਨ ਅਤੇ ਆਮੀਨ ਅਤੇ ਆਮੀਨ। ਸਰਵ ਸ਼ਕਤੀਮਾਨ ਦੀਆਂ ਬਰਕਤਾਂ ਸਾਡੇ ਸਾਰਿਆਂ 'ਤੇ ਹੋਣ ਅਤੇ ਸਾਨੂੰ ਇਮਾਨਦਾਰ ਬਣਾਉਣ। ਹਾਂ, ਸਾਨੂੰ ਸੱਚਿਆਰਾ ਬਣਾਉਣ। ਤੁਹਾਡੇ 'ਤੇ ਸ਼ਾਂਤੀ ਵਧਦੀ ਜਾਵੇ।